ਅਵਾਰਾ ਪਸ਼ੂਆਂ ਕਾਰਨ ਵਾਪਰਦੇ ਹਾਦਸਿਆਂ ਵਿੱਚ ਹੁਣ ਤੱਕ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਅਜਿਹਾ ਹੀ ਮਾਮਲਾ ਬਠਿੰਡਾ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਬੀਤੀ ਰਾਤ ਬਠਿੰਡਾ ਵਿਖੇ ਆਪਣੀ ਡਿਊਟੀ ਤੋਂ ਆ ਰਿਹਾ ਇੱਕ ਨੌਜਵਾਨ ਅਚਾਨਕ ਅਵਾਰਾ ਗਊਆਂ ਨਾਲ ਟਕਰਾ ਕੇ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਹਾਰਾ ਕਲੱਬ ਦੇ ਮੈਂਬਰਾਂ ਨੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਨਗਰ ਨਿਗਮ ਤੇ ਕਾਰਵਾਈ ਕਰਨਗੇ, ਕਿਉਂਕਿ ਉਹ ਗਊ ਟੈਕਸ ਦੇ ਰਹੇ ਹਨ, ਪਰ ਉਹ ਗਊਆਂ ਨੂੰ ਨਹੀਂ ਸਾਂਭ ਰਹੇ, ਜਿਸ ਕਾਰਨ ਨੌਜਵਾਨ ਦੀ ਮੌਤ ਹੋਈ ਹੈ। ਇਹ ਬਾਈ ਅਮਰਜੀਤ ਸਿੰਘ 12 ਸਾਡੇ ਪਿੰਡ ਦਾ ਲੜਕਾ ਸੀਗਾ, ਗਰੀਬ ਪਰਿਵਾਰ 'ਚੋਂ। ਇਹ ਆਪਦੀ ਡਿਊਟੀ ਕਰਕੇ ਸਿਕਿਉਰਿਟੀ ਦੀ ਬੀੜ ਵਹਿਮਣ ਪਿੰਡ ਜਾ ਰਿਹਾ ਸੀ, ਤਾਂ ਰਸਤੇ 'ਚ ਇਹਦੇ 'ਚ ਗਊ ਵੱਜਣ ਕਰਕੇ ਇਹਦਾ ਐਕਸੀਡੈਂਟ ਹੋਇਆ। ਉਸ ਤੋਂ ਬਾਅਦ ਇਹਨੂੰ ਸਿਵਲ ਹੋਸਪਿਟਲ ਲਿਆਏ, ਜਿਹਦੀ ਰਾਤ ਨੂੰ ਅਚਾਨਕ ਮੌਤ ਹੋ ਗਈ ਉਹਦੀ। ਫਿਰ ਅਤੇ ਇਹ ਅਸੀਂ ਗਊ ਟੈਕਸ ਵੀ ਕਟਾ ਰਹੇ ਹਾਂ, ਸਰਕਾਰਾਂ ਨੂੰ ਬਿਜਲੀ ਪਾਣੀ ਹਰ ਚੀਜ਼ ਦੇ ਰਹੇ ਹਾਂ, ਅਤੇ ਇਹ ਇਹਨਾਂ ਪਸ਼ੂਆਂ ਦੀ ਕੋਈ ਦੇਖ ਰੇਖ ਨਹੀਂ ਗੀ, ਕੋਈ ਇਹਨਾਂ ਨੂੰ ਗਊਸ਼ਾਲਾ 'ਚ ਨਹੀਂ ਲਿਜਾਇਆ ਜਾਂਦਾ, ਜਿਹਦੇ ਕਾਰਨ ਅਚਾਨਕ ਬਹੁਤ ਜਾਨੀ ਮਾਨੀ ਨੁਕਸਾਨ ਹੋ ਰਹੇ ਹੈ। ਅਤੇ ਇਹ ਨਗਰ ਨਿਗਮ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਗਊਆਂ ਨੂੰ ਆਪਦੇ ਫੜ ਕੇ ਗਊਸ਼ਾਲਾ ਵੀ ਛੱਡੀ ਜਾਵੇ। ਅਸੀਂ ਇਹਦਾ ਕਲੇਮ ਨਗਰ ਨਿਗਮ 'ਤੇ ਕਰਾਂਗੇ ਅਤੇ ਪਰਿਵਾਰ ਨੂੰ ਤਾਂ ਕਿ ਆਰਥਿਕ ਮਦਦ ਮਿਲ ਸਕੇ। ਸੰਬੰਧੀ ਜਾਣਕਾਰੀ ਦਿੰਦਿਆਂ ASI ਧਰਮ ਸਿੰਘ ਨੇ ਕਿਹਾ ਕਿ ਉਹ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ 174 ਦੀ ਕਾਰਵਾਈ ਕਰ ਰਹੇ ਹਨ। ਅਤੇ ਸਵਾ 8 ਵਜੇ ਨਾ ਸਾਨੂੰ ਇੱਕ ਸਿਵਲ ਹਸਪਤਾਲ ਬਠਿੰਡੇ ਤੋਂ ਰੁੱਕਾ ਮਸੂਲ ਹੋਇਆ ਵੀ ਕੋਈ ਨਾਮਲੂਮ ਵਿਅਕਤੀ ਜਿਹਦਾ ਰੋਡ ਸਾਈਡ ਐਕਸੀਡੈਂਟ ਹੋਇਆ ਅਤੇ ਉਹ ਦਾਖਲ ਆ ਸਿਵਲ ਹਸਪਤਾਲ ਬਠਿੰਡੇ। ਜਦੋਂ ਮੈਂ ਇੱਥੇ ਮੌਕੇ 'ਤੇ ਆ ਕੇ ਦੇਖਿਆ ਤਾਂ ਇੱਥੇ ਮੈਨੂੰ ਜਿਹੜਾ ਹੈਗਾ ਜਿਹੜੇ ਮ੍ਰਿਤਕ ਵਿਅਕਤੀ ਦਾ ਮਾਸੀ ਦਾ ਲੜਕਾ ਜਸਕਰਨ ਸਿੰਘ ਉਹ ਹਾਜ਼ਰ ਮਿਲਿਆ, ਜਿਹਨੇ ਮੈਨੂੰ ਦੱਸਿਆ ਵੀ ਇਹ ਜਿਹੜੇ ਬੰਦੇ ਦੀ ਮੌਤ ਹੋ ਗਈ ਹੈ ਇਹ ਮੇਰੀ ਮਾਸੀ ਦਾ ਮੁੰਡਾ, ਇਹਦਾ ਨਾਮ ਅਮਰਜੀਤ ਸਿੰਘ ਰੰਟੂ ਹੈ ਅਤੇ ਇਹ ਸਿਕਿਉਰਿਟੀ ਗਾਰਡ ਲੱਗਿਆ ਸੀਗਾ। ਰਾਤ 9 ਵਜੇ ਇਹ ਡਿਊਟੀ 'ਤੇ ਆ ਰਿਹਾ ਸੀ ਪਿੰਡੋਂ, ਜਦੋਂ ਇਹ ਮੁਲਤਾਨੀਆ ਰੋਡ 'ਤੇ 13 ਨੰਬਰ ਗਲੀ ਦੇ ਨੇੜੇ ਜੇ ਪਹੁੰਚਿਆ ਤਾਂ ਉੱਥੇ ਇੱਕ ਅਵਾਰਾ ਗਾਂ ਜਿਹੜੀ ਇਹਦੇ ਮੋਟਰਸਾਈਕਲ 'ਚ ਵੱਜੀ। ਉਹਦੇ ਮੋਟਰਸਾਈਕਲ 'ਚ ਜਦੋਂ ਅਵਾਰਾ ਗਾਂ ਵੱਜਣ ਕਰਕੇ ਇਹਦਾ ਜਿਹੜਾ ਹੈਗਾ ਜ਼ਿਆਦਾ ਸੱਟਾਂ ਵੱਜੀਆਂ, ਸਹਾਰਾ ਕਲੱਬ ਦੀ ਵੈਨ ਇਹਨੂੰ ਲੈ ਕੇ ਇੱਥੇ ਦਾਖਲ ਕਰਾਤਾ ਅਤੇ ਜਿਹੜੀ ਇਲਾਜ ਦੌਰਾਨ ਇਹਦੀ ਮੌਤ ਹੋ ਗਈ ਆ। ਜਿਹੜੀ ਇਹ ਮੌਤ ਹੈ ਅਵਾਰਾ ਪਸ਼ੂ ਹੈ ਜਿਹੜੇ ਉਹਨਾਂ ਕਰਕੇ ਹੋਈ ਹੈ। ਅਸੀਂ ਇਹਦੇ ਜਸਕਰਨ ਸਿੰਘ ਦੇ ਬਿਆਨ 'ਤੇ ਇਹਦੀ 174 ਦੀ ਕਾਰਵਾਈ ਅਮਲ 'ਚ ਲਿਆ ਰਹੇ ਹਾਂ ਜੀ।